ਕੈਨੇਡਾ ਤੇ ਇੰਡੀਆ ਦੇ ਵਿੱਚ ਸਿਚੁਏਸ਼ਨ ਵਾਕਿਆ ਬਹੁਤ ਖਰਾਬ ਚੱਲ ਰਹੀ ਹੈ। ਯਾ ਇੰਡੀਆ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਕੈਨੇਡਾ ਤੋਂ ਲੋਕ ਆਣਗੇ ਉਹਨਾਂ ਨੂੰ ਐਂਟਰੀ ਹੀ ਨਹੀਂ ਦਿੱਤੀ ਜਾਏਗੀ। ਸੋ ਬਹੁਤ ਤਰ੍ਹਾਂ ਦੀ ਜਿਹੜੀਆਂ ਨਿਊਜ਼ ਅਸੀਂ ਦੇਖ ਰਹੇ ਹੈਗੇ ਆ। ਤੁਹਾਹਾਨੂੰ ਕੀ ਲੱਗਦਾ ਕਿ ਹੁਣ ਜਿਹੜੇ ਬੱਚਿਆਂ ਨੇ ਕੈਨੇਡਾ ਜਾਣਾ ਹੈਗਾ ਆ ਉਹਨਾਂ ਤੇ ਇਸ ਦਾ ਕਿੰਨਾ ਅਸਰ ਪੈਗਾ? ਸੋ ਕਾਲਸ ਆਉਣੀਆਂ ਵੀ ਸ਼ੁਰੂ ਹੋ ਗਏ ਨੇ ਪਰ ਪਹਿਲਾਂ ਮੈਂ ਚਾਹਨੀ ਹੈ ਕਿ ਇਸ ਸਵਾਲ ਦਾ ਜਵਾਬ ਵੀ ਅਸੀਂ ਲਈਏ। ਰਮਨ ਜੀ ਤੁਹਾਡਾ ਟੈਕਨੀਕਲ ਟੀਮ ਤੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਿ ਬੜੇ ਸਹੀ ਮੌਕੇ ਤੁਸੀਂ ਇਨਵਾਈਟ ਕੀਤਾ ਸੀ। ਰੂਮਰਸ ਵੀ ਕਾਫੀ ਹੈ ਕਨਫਿਊਜ਼ਨ ਵੀ ਕਾਫੀ ਹੈ ਤੇ ਹਰ ਇੱਕ ਦੀ ਆਪਣੀ ਆਪਣੀ ਧਾਰਨਾ ਹੈ ਜਿਹਨੂੰ ਜਿੰਨਾ ਕ ਸਮਝ ਲੱਗਦਾ ਉਸ ਤਰੀਕੇ ਨਾਲ ਬੋਲਦਾ ਪਿਆ ਜਦੋਂ ਇਨਸੀਡੈਂਸ ਹੁੰਦਾ ਉਸ ਤੋਂ ਵੈਰੀ ਨੈਕਸਟ ਡੇ ਮੈਂ ਲਾਈਵ ਕਰਦਾ ਜੀ ਇੱਕ ਚੰਗਾ ਇੰਪੈਕਟ ਦਿੱਤਾ ਜਾਂਦਾ ਜੋ ਰਿਐਲਿਟੀ ਹੈ ਉਹ ਦੱਸਿਆ ਜਾਂਦਾ ਦੋ ਦਿਨ ਮੈਂ ਪੂਰੀ ਵੇਟ ਕਰਦਾ ਕਿ ਉਸ ਚੀਜ਼ ਦੇ ਉੱਪਰ ਨਾ ਬੋਲਾਂ ਕਿ ਚੁੱਪ ਹੀ ਰਹਿ ਜਾਵੇ ਬਟ ਲੋਕ ਇਸ ਤਰੀਕੇ ਨਾਲ ਚੀਜ਼ਾਂ ਨੂੰ ਪ੍ਰਟੈਂਡ ਕਰ ਰਹੇ ਕਿ ਪਤਾ ਨਹੀਂ ਕੀ ਚੀਜ਼ ਹੋ ਗਈ ਹੈ ਦੈਨ ਅਗੇਨ ਮੈਂ ਲਾਈਵ ਕੀਤਾ ਤੇ ਉਸ ਲਾਈਵ ਦੇ ਵਿੱਚ ਲਾਈਵ 12 ਵੀਜ਼ੇ ਦਿਖਾਏ ਸਿਗੇ ਸੋ ਅਗਰ ਵੀਜ਼ਾਸ ਦੀ ਗੱਲ ਕਰਦੇ ਆ ਵੀਜ਼ਾਸ 'ਚ ਕੋਈ ਚੇਂਜੇਸ ਨਹੀਂ ਹੈਗੇ ਜਿੱਦਾਂ ਪਹਿਲਾਂ ਮਿਲਦੇ ਸੀ ਉਸ ਤੋਂ ਈਵਨ ਡਬਲ ਸਪੀਡ ਹੋ ਗਈ ਹੈ ਵੀਜ਼ਾ ਗ੍ਰਾਂਟ ਉਹਨ ਦੇ ਵਿੱਚ ਜਿਹੜੀ ਪ੍ਰੋਬਲਮ ਸੀਗੀ ਇੱਕ ਕੈਨੇਡੀਅਨ ਡਿਪਲੋਮੈਟਸ ਔਰ ਇੰਡੀਅਨ ਡਿਪਲੋਮੈਟਸ ਨੂੰ ਲੈ ਕੇ ਸੀਗਾ ਕਿ ਇੱਕ ਪਰਸਨ ਦੀ ਡੈਪਥ ਹੁੰਦੀ ਹੈ ਦੈਨ ਉਸ ਚੀਜ਼ ਨੂੰ ਲੈ ਕੇ ਕੈਨੇਡੀਅਨ ਗਵਰਨਮੈਂਟ ਕਹਿੰਦੀ ਹੈ ਕਿ ਇੰਡੀਆ ਨੂੰ ਸਾਡਾ ਸਾਥ ਦਿੱਤਾ ਜਾਵੇ ਕਿ ਸਾਡੀ ਹੈਲਪ ਕੀਤੀ ਜਾਵੇ ਇਸ ਚੀਜ਼ ਦੇ ਵਿੱਚ ਰਿਐਲਿਟੀ ਕੀ ਹੈਗੀ ਹੈ ਮਤਲਬ ਕੌਣ ਇਸ ਚੀਜ਼ ਦੇ ਪਿੱਛੇ ਹੈਗਾ ਔਰ ਚ ਸਾਥ ਮੰਗਿਆ ਸੀਗਾ ਸੋ ਕੈਨੇਡੀਅਨ ਡਿਪਲੋਮੈਟਸ ਜਿਹੜੇ ਇੰਡੀਅਨ ਡਿਪਲੋਮੈਟ ਸੀਗੇ ਕੈਨੇਡਾ ਵੱਲੋਂ ਉਹਨਾਂ ਨੂੰ ਅਗਰ ਕਿਹਾ ਗਿਆ ਦੈਨ ਨਾਲ ਹੀ ਮੋਦੀ ਸਾਹਿਬ ਨੇ ਇਹ ਚੀਜ਼ ਕੀਤੀ ਕਿ 5 ਡੇਜ਼ ਦਾ ਟਾਈਮ ਦਿੱਤਾ ਜੋ ਕਿ ਸਿਰਫ ਡਿਪਲੋਮੈਟਸ ਦੀ ਆਪਸ ਦੀ ਚੀਜ਼ ਸੀਗੀ ਬਟ ਲੋਕਾਂ ਨੇ ਉਹਨੂੰ ਕਨੈਕਟ ਕੀਤਾ ਸਟੂਡੈਂਟ ਦੇ ਨਾਲ ਸਟੂਡੈਂਟ ਦੀ ਕੋਈ ਡੈਥ ਨਹੀਂ ਇਦਾਂ ਦੀ ਹੋਈ ਨਾ ਕੋਈ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਕੋਈ ਇਹਦਾ ਇਫੈਕਟ ਪਾਊਗਾ ਮੈਂ ਕੋਈ ਪੋਲੀਟੀਸ਼ਨ ਨਹੀਂ ਹਾਂਗਾ ਨਾ ਮੈਂ ਕੋਈ ਉਹ ਵਾਲੀ ਅਥਾਰਟੀ ਹੈਗਾ ਕਿ ਜਿਹਦੇ ਬਾਰੇ ਮੈਂ ਬੋਲ ਸਕਾਂ ਮੈਂ ਐਜੂਕੇਸ਼ਨ ਕੰਸਲਟੈਂਟ ਆ ਤਾਂ ਐਜੂਕੇਸ਼ਨ ਰਿਲੇਟਿਡ ਹੀ ਤੁਹਾਨੂੰ ਮੈਂ ਸਾਰੇ ਆਨ ਮੋਰ ਤੇ ਅੱਜ ਗੱਲ ਕਰੂੰਗਾ ਵੀਜ਼ਾਸ ਜਿਹੜੇ ਅਪਲਾਈ ਹੁੰਦੇ ਸੀਗੇ ਉਹ ਪਹਿਲਾਂ ਵੀ ਉਸੇ ਸਪੀਡ ਨਾਲ ਸੀਗੇ ਈਵਨ ਅੱਜ ਦੀ ਡੇਟ ਚ ਅਗਰ ਦੇਖਿਆ ਜਾਵੇ ਵੀਜ਼ਾਸ ਦੀ ਸਪੀਡ ਵੱਧ ਚੁੱਕੀ ਹੈ ਲੋਕਾਂ ਨੂੰ ਲੱਗਦਾ ਸੀਗਾ ਕਿ ਕੈਨੇਡੀਅਨ ਸਿਟੀਜ਼ਨਸ ਹੈ ਜੋ ਇੰਡੀਆ ਨੇ ਟੈਂਪਰਰੀ ਥੋੜੇ ਦੇਰ ਦੇ ਲਈ ਉਹਨੂੰ ਹੋਲਡ ਕੀਤਾ ਕਿ ਲੋਕ ਜਿਹੜੀ ਇਹ ਚੀਜ਼ ਹੋਈ ਹੈ ਕਿ ਜ਼ਿਆਦਾ ਰੌਲਾ ਨਾ ਪਵੇ ਇਸ ਚੀਜ਼ ਦੇ ਵਿੱਚ ਬਟ ਸੇਮ ਐਜ਼ ਕੈਨੇਡਾ ਇਹ ਚੀਜ਼ ਕਹਿੰਦਾ ਕਿ ਜਿਹੜੀ ਏਰੀਆ ਦੇ ਵਿੱਚ ਇਹ ਇਨਸੀਡੈਂਸ ਹੋਇਆ ਪੈਨਿਕ ਵਾਲੀ ਸਿਚੁਏਸ਼ਨ ਬਿਲਕੁਲ ਉੱਥੇ ਨਾ ਹੋਵੇ ਸੋ ਜਿਹੜੇ ਲੋਕ ਜਿੱਦਾਂ ਜਿੱਦਾਂ ਰਹਿੰਦੇ ਐਦਾਂ ਦੀ ਜਗ੍ਹਾ ਦੇ ਵਿੱਚ ਜਾਣ ਨੂੰ ਅਵੋਇਡ ਕੀਤਾ ਜਾਏ ਸੋ ਇਹ ਜਿਹੜੀ ਇਨਸਟਰਕਸ਼ਨ ਸਿਗੀਆਂ ਬਟ ਲੋਕਾਂ ਨੇ ਇਹਨੂੰ ਹੋਰ ਤਰੀਕੇ ਦੇ ਨਾਲ ਲਿੱਤਾ ਵੀਜ਼ੇ ਨਹੀਂ ਲੱਗਣੇ ਵੀਜ਼ੇ ਬੰਦ ਹੋ ਗਏ ਕੈਨੇਡਾ ਨੇ ਆਪਣੇ ਰਾਹ ਬੰਦ ਕਰਤੇ ਵੀਜ਼ੇ ਬੰਦ ਕਰ ਦਿੱਤੇ ਗਏ ਯਾਰ ਕੋਈ ਵੀ ਕਦੀ ਵੀ ਕੰਟਰੀ ਦੇ ਵਿੱਚ ਨਾ ਵੀਜ਼ੇ ਸ਼ੁਰੂ ਹੁੰਦੇ ਹਨ ਨਾ ਬੰਦ ਹੁੰਦੇ ਜੋ ਦਾ ਸਟੈਂਡਰਡ ਪ੍ਰੋਸੈਸ ਦੇ ਨਾਲ ਐਪਲੀਕੇਸ਼ਨਸ ਹੁੰਦੀਆਂ ਉਹੀ ਹੋਣਗੀਆਂ ਈਵਨ ਕੈਨੇਡੀਅਨ ਗਵਰਨਮੈਂਟ ਨੇ ਇਹ ਗੱਲ ਕਹੀ ਸੀ ਕਿ 4 ਲੱਖ ਐਪਲੀਕੇਸ਼ਨ ਪਿਛਲੇ ਸਾਲ ਦੇ ਵਿੱਚ ਗ੍ਰਾਂਟ ਹੋਈ ਸੀ ਕਿ ਇਸ ਸਾਲ ਉਹ ਕਹਿੰਦੇ ਆ ਕਿ ਅਸੀਂ 9 ਲੱਖ ਐਪਲੀਕੇਸ਼ਨਸ ਗ੍ਰਾਂਟ ਕਰਾਂਗੇ ਜੋ ਕਿ ਸਾਡੀ ਆਪਣੀ ਪਲੈਨਿੰਗ ਹੈ ਕਿ 9 ਲੱਖ ਇਮੀਗ੍ਰੈਂਟਸ ਅਸੀਂ ਇਨਵਾਈਟ ਕਰਨਾ ਚਾਹੁੰਦੇ ਨੇ that means ਵੀਜ਼ਾ ਦੀ ਰੇਸ਼ੋ ਡਬਲ ਕਰ ਦਿੱਤੀ ਗਈ ਹੈ ਜਿਹਦੇ ਵਿੱਚ 10 ਅਗਸਤ ਦੇ ਰੂਲ ਅਪਡੇਸ਼ਨ ਦੀ ਵੀ ਗੱਲ ਕਰੀਏ ਜਦੋਂ ਬੱਚਾ ਕੋਈ 12th ਕਰ ਲੈਂਦਾ ਸੀਗਾ ਉਹਨੂੰ ਦਾਈ 6 ਇਚ ਬੈਂਡ ਆਣ ਗਿਆ ਤਾਂ ਮੈਂ ਕੈਨੇਡਾ ਜਾਊਗਾ ਆਦਰਵਾਇਸ ਬੱਚਾ ਕੰਪਰਮਾਈਜ਼ ਕਰਦਾ ਸੀਗਾ ਆਸਟ੍ਰੇਲੀਆ ਵਰਗੀ ਕੰਟਰੀ ਨਾਲ ਅਗਰ ਆਸਟ੍ਰੇਲੀਆ ਤੋਂ ਜੀਟੀ ਰਿਜੈਕਟ ਹੋ ਗਈ ਜਾਂ ਬੱਚੇ ਦੀ ਫਾਈਲ ਰਿਫਿਊਜ਼ ਹੋ ਜਾਂਦੀ ਹੈ ਕਿਤਨੇ ਕਿਤਨੇ ਸਟੂਡੈਂਟ ਅ ਰੁਝਾਨ ਰਹਿ ਜਾਂਦਾ ਸੀਗਾ ਫਿਰ ਯੂਕੇ ਵੱਲ ਦਾ ਬਟ ਅੱਜ ਸਟੂਡੈਂਟ ਨੂੰ ਪਤਾ ਦੋ ਚ 5.5 ਨੇ ਜਾਂ ਇੱਕ ਚ 5 ਮੋਡਿਊਲ ਹੈਗੇ 6 ਓਵਰਆਲ ਬੈਂਡ ਬਣਦੇ ਨੇ ਥੈਟ ਮੀਨਸ ਜਿਹੜੇ ਬੱਚੇ ਦੇ ਸੁਪਨੇ ਸੀਗੇ ਕਿ ਮੈਂ ਕੈਨੇਡਾ ਜਾਵਾਂ 6 ਈਚ ਕਰਕੇ ਉਹ ਸੁਪਨੇ ਪੂਰੇ ਨਹੀਂ ਹੁੰਦੇ ਸੀਗੇ ਅੱਜ ਸਾਰੇ ਸਟੂਡੈਂਟ ਦੀ ਜਿਹੜੀ ਲਾਈਨ ਹੈ ਉਹ ਕੈ ਮਲਟੀਪਲਾਈ 3 اور 4 स्टूडेंट दी वॉक इन ਵੱਧ ਗਈ ਹੈ सो ਜਿਹੜੇ ਬੱਚੇ ਨੂੰ ਲੱਗਦਾ ਸੀ ਕਿ ਮੈਂ ਕੈਨੇਡਾ ਨਹੀਂ ਜਾ ਸਕਦਾ ਯੂਕੇ ਜਾਂ ऑस्ट्रेलिया ਜਾਊਗਾ ਸਾਰਾ ਬੱਚਾ ਇਹ ਕਹਿੰਦਾ ਕਿ ਮੈਂ ਕੈਨੇਡਾ ਜਾਣਾ ਸੋ ਨੰਬਰ 1 ਇਹ ਚੀਜ਼ ਹੈ ਦੂਸਰੀ ਚੀਜ਼ ਦੇਖਿਆ ਜਾਵੇ ਕਿ ਜੋ ਇਹਨਾਂ ਦੀ ਇਹ ਡਿਪਲੋਮੈਂਟਸ ਦੀ ਜਿਹੜੀ ਕ੍ਰਾਈਸਿਸ ਹੈਗੀ ਇਸ ਤੋਂ ਪਹਿਲਾਂ ਦੀ ਅਗਰ ਆਪਾਂ ਗੱਲ ਕਰਦੇ ਹਾਂ ਇੱਕ ਅਪਡੇਸ਼ਨ ਦੇਣਾ ਆਲਮੋਸਟ 50% ਉਹ ਵੀਜ਼ਾ ਦੇ ਸਕਸੈਸ ਰੇਟ ਨੂੰ ਵਧਾਣਾ ਨਾਲ ਨਾਲ 50% ਇਨਕਰੀਸ ਕਰਨਾ ਕਿ ਮੈਂ ਅਗਰ 4 ਸਵਾ 4 ਲੱਖ ਬੰਦਾ ਬੁਲਾਇਆ ਸੀਗਾ ਇਸ ਵਾਰੀ 9 ਲੱਖ ਇਮੀਗ੍ਰੈਂਟ ਇਨਵਾਈਟ ਕਰਾਂਗੇ that means ਕਿ ਉਹ ਚਾਹਦੇ ਆ ਕਿ ਇੰਡੀਅਨਸ ਲੋਕ ਆਣ ਜਾਂ ਓਵਰ ਸੀਸ ਤੋਂ ਲੋਕ ਆਣ ਜਿਹੜੀ ਸਕਿੱਲ ਸ਼ਾਰਟੇਜ ਹੈਗੀ ਆ ਉਹ ਚੀਜ਼ ਜਿਹੜੀ ਇਹਨਾਂ ਦੀ ਕੰਪਲੀਟ ਹੋ ਸਕੇ